ਹਾਂਜੀ ਦੋਸਤੋ, ਅੱਜ ਆਪਾਂ ਤੁਹਾਨੂੰ ਦੱਸਦੇ ਹਾਂ, ਜੇਕਰ ਤੁਹਾਡੀ ਕਾਰ ਦਾ ਜਿਹੜਾ ਹੀਟਰ ਹੈਗਾ ਉਹ ਗਰਮ ਹਵਾ ਨਹੀਂ ਦਿੰਦਾ ਗਾ, ਉਹਨੂੰ ਤੁਸੀਂ ਕਿਵੇਂ ਆਪਣੇ ਘਰ ਦੇ ਵਿੱਚ ਹੀ ਉਹਨੂੰ ਕਿੱਦਾਂ ਸਹੀ ਕਰ ਸਕਦੇ ਹੋਗੇ, ਉਹ ਤੁਹਾਨੂੰ ਮੈਂ ਪੂਰੀ ਵੀਡੀਓ ਦੇ ਵਿੱਚ ਦੱਸਦਾ, ਇਹਨੂੰ ਕਿੱਦਾਂ ਚੈੱਕ ਕਰ ਸਕਦੇ ਹੋ ਤੁਸੀਂ। ਸਾਰਿਆਂ ਨਾਲੋਂ ਪਹਿਲਾਂ ਤਾਂ ਤੁਸੀਂ ਚੈੱਕ ਕਰਨਾ ਗਾ ਇਹਦਾ ਜਿਹੜਾ ਟੈਂਪਰੇਚਰ ਹੈਗਾ, ਕੂਲੈਂਟ ਟੈਂਪਰੇਚਰ ਆ ਇਹ ਬਿਲਕੁਲ ਸੈਂਟਰ ਦੇ ਵਿੱਚ ਹੋਣਾ ਚਾਹੀਦਾ ਹੈਗਾ। ਜਿੰਨਾ ਚਿਕ ਇਹ ਸੈਂਟਰ ਦੇ ਵਿੱਚ ਨਹੀਂ ਆਊਗਾ ਉਨਾ ਚਿਕਰ ਆਪਣੇ ਨੂੰ ਗਰਮ ਹਵਾ ਨਹੀਂ ਆਊਗੀ। ਅਗਰ ਤੁਹਾਡਾ ਇਹ ਟੈਂਪਰੇਚਰ ਸੈਂਟਰ ਦੇ ਵਿੱਚ ਹੈਗਾ, ਇੱਕ ਆ ਨੋਬ ਹੁੰਦੇ ਨੇਗੇ, ਇਹਨੂੰ ਆਪਾਂ ਗਰਮ ਵਾਲੀ ਸਾਈਡ ਕਰਕੇ ਰੱਖਣਾ ਗਾ। ਕਈ ਵਾਰੀ ਇੱਧਰ ਨੂੰ ਆਉਂਦਾ ਤਾਂ ਵੀ ਗਰਮ ਹਵਾ ਨਹੀਂ ਆਉਂਦੀ ਗੀ, ਗ੍ਰੇਵੀ ਤੁਹਾਡਾ ਸਹੀ ਆ। ਬਾਅਦ ਆ ਜਾਂਦਾ ਆਪਣਾ ਥਰਮੋਸਟੇਟ ਵਾਲ। ਅਗਰ ਤੁਹਾਡਾ ਥਰਮੋਸਟੇਟ ਵਾਲ ਆ ਜਿਹੜਾ, ਉਹ ਕਦੋਂ ਉਹਦਾ ਕੰਮ ਕੀ ਹੁੰਦਾ ਗਾ, ਜਿਹੜਾ ਕੂਲੈਂਟ ਦਾ ਟੈਂਪਰੇਚਰ ਆ ਉਹਨੂੰ ਕੰਟਰੋਲ ਕਰਨਾ ਹੁੰਦਾ ਉਹਨੇ। ਜਦੋਂ ਕੂਲੈਂਟ ਦਾ ਟੈਂਪਰੇਚਰ ਆਪਣਾ ਪੂਰਾ ਜ਼ਿਆਦਾ ਗਰਮ ਹੋ ਜਾਂਦਾ ਗਾ, ਉਸ ਤੋਂ ਬਾਅਦ ਉਹ ਵਾਲ ਖੁੱਲਦਾ ਹੁੰਦਾ ਗਾ ਕਿ ਗੱਡੀ ਆਪਣੀ ਗਰਮ ਨਾ ਹੋਵੇ। ਉਹ ਪਹਿਲਾਂ ਆਪਾਂ ਚੈੱਕ ਕਰ ਲੈਣਾ ਅਗਰ ਤੁਹਾਡਾ ਥਰਮੋਸਟੇਟ ਵਾਲ ਆ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ। ਅਗਰ ਤੁਹਾਡੇ ਥਰਮੋਸਟੇਟ ਵਾਲ ਦੇ ਵਿੱਚ ਪ੍ਰੋਬਲਮ ਆ ਤਾਂ ਜਿਹੜੀ ਆ ਟੈਂਪਰੇਚਰ ਆਪਣਾ ਇਹ ਚੱਕਿਆ ਨਹੀਂ ਜਾਊਗਾ, ਇਹ ਆਪਣਾ ਇੱਥੇ ਹੀ ਖੜਾ ਰਹੂਗਾ 50 ਦੇ ਉੱਤੇ ਹੀ। ਅਗਰ ਤੁਹਾਡਾ ਥਰਮੋਸਟੇਟ ਵਾਲ ਵੀ ਸਹੀ ਆ, ਉਸ ਤੋਂ ਬਾਅਦ ਆਉਂਦੀ ਆ ਆਪਣੀਆਂ ਸਪਲਾਈਆਂ ਪਾਣੀ ਦੀਆਂ। ਪਾਣੀ ਦੀ ਸਪਲਾਈ ਮੈਂ ਤੁਹਾਨੂੰ ਦਿਖਾਉਣਾਗਾ, ਇਹ ਗੱਡੀ ਦਾ ਜਿਹੜਾ ਸਪਲਾਈ ਆ ਪਾਣੀ ਦੀ ਸਪਲਾਈ ਦੇ ਵਿੱਚ ਪ੍ਰੋਬਲਮ ਆਗੀ, ਉਹ ਆਪਾਂ ਤੁਹਾਨੂੰ ਸਹੀ ਕਰਕੇ ਦਿਖਾਉਣਾ ਕਿਵੇਂ ਸਹੀ ਕਰ ਸਕਦੇ ਹਾਂ ਉਹਨੂੰ ਆਪਾਂ। ਆਹ ਦੇਖੋ ਜੀ, ਆਹ ਦੋ ਪਾਈਪਾਂ ਨੇਗੀਆਂ, ਇਹ ਪਾਈਪਾਂ ਨੂੰ ਆਪਾਂ ਉਤਾਰ ਲਾਂਗੇ। ਪਹਿਲਾਂ ਆਹ ਪਾਈਪਾਂ ਆਪਾਂ ਉਤਾਰ ਲਈਆਂ ਨੇਗੀਆਂ, ਦੋਨੇ ਪਾਈਪਾਂ ਨੂੰ ਉਤਾਰ ਕੇ ਆਪਾਂ ਇਹਦੇ ਵਿੱਚ ਜਿਹੜੀ ਕਾਰ ਧੋਣ ਵਾਲਾ ਹੁੰਦਾ ਪ੍ਰੈਸ਼ਰ ਉਹਦੇ ਨਾਲ ਪਾਣੀ ਮਾਰਾਂਗੇ। ਆ ਦੇਖੋ ਪਾਣੀ ਦੋਨਾਂ ਪਾਸਿਓਂ ਤੁਸੀਂ ਪਾਣੀ ਮਾਰ ਦੇਣਾ ਗਾ। ਪਾਣੀ ਦੀ ਸਪਲਾਈ ਦੇਖੋ ਆਪਣੀ ਰੁਕੀ ਵੀ ਸੀ, ਉਹਨੇ ਚੱਲ ਪਈ ਹੈਗੀ। ਇਸ ਤੋਂ ਬਾਅਦ ਪਾਈਪਾਂ ਨੂੰ ਤੁਸੀਂ ਦੁਬਾਰਾ ਉੱਦਾਂ ਹੀ ਲਗਾ ਦਿਓ। ਹਾਂਜੀ, ਆਹ ਦੇਖੋ ਜੀ, ਹੁਣ ਆਪਾਂ ਨੇ ਉਹਦਾ ਤੁਹਾਨੂੰ ਕਰਕੇ ਦਿਖਾਤਾ ਗਾ, ਪਾਣੀ ਦੀ ਸਪਲਾਈ ਆਪਣੀ ਚਾਲੂ ਹੋ ਗਈ ਆ, ਟੈਂਪਰੇਚਰ ਵੀ ਆਪਣੀ ਗੱਡੀ ਨੇ ਚੱਕ ਲਿਆ ਗਾ। ਇਹ ਥੋੜ੍ਹਾ ਹੋਰ ਅੱਗੇ ਜਾਊਗਾ ਵਾਲੇ, ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ। ਹੁਣ ਗਰਮ ਹਵਾ ਜਿਹੜੀ ਬਲੋਰ ਦੇ ਵਿੱਚ ਆਪਣੀ ਪੂਰੀ ਗਰਮ ਹਵਾ ਆਉਣ ਲੱਗ ਗਈ ਹੈਗੀ। ਅਗਰ ਤੁਹਾਡੀ ਗੱਡੀ ਦੇ ਵਿੱਚ ਇਹ ਪ੍ਰੋਬਲਮ ਆ ਤਾਂ ਤੁਸੀਂ ਇਹਨੂੰ ਆਪਣੇ ਘਰੇ ਵੀ ਸਹੀ ਕਰ ਸਕਦੇ ਹੋਗੇ। ਅਗਰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਅੱਗੇ ਅੱਗੇ ਸ਼ੇਅਰ ਕਰੋ। ਥੈਂਕ ਯੂ।